ਸੰਗਰੂਰ ਪੁਲਿਸ ਨੇ ਇੱਕ ਨਕਲੀ ਪੁਲਿਸ ਹੈੱਡ ਕਾਂਸਟੇਬਲ ਨੂੰ ਉਸਦੇ ਇੱਕ ਸਾਥੀ ਦੇ ਨਾਲ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਅਫੀਮ ਵੀ ਬਰਾਮਦ ਹੋਈ ਹੈ। ਸੰਗਰੂਰ ਪੁਲਿਸ ਦਾ ਨਕਲੀ ਹੈੱਡ ਕਾਂਸਟੇਬਲ ਦਾ ਨਕਲੀ ਆਈਡੀ ਕਾਰਡ ਬਣਾ ਕੇ ਪਿਛਲੇ ਕਈ ਸਾਲਾਂ ਤੋਂ ਘੁੰਮ ਰਿਹਾ ਸੀ। ਇਹ ਸ਼ਖਸ ਟੋਲ ਤੋਂ ਬਚਣ ਦੇ ਲਈ ਬਣਾਇਆ ਗਿਆ ਸੀ। ਪੁਲਿਸ ਜਾਂਚ ਜੁਟੀ ਹੋਈ ਹੈ ਕਿ ਨਕਲੀ ਪੁਲਿਸ ਕਾਂਸਟੇਬਲ ਦਾ ਕਾਰਡ ਬਣਾ ਕੇ ਉਹਨਾਂ ਨੇ ਕਿਹੜੇ ਕਿਹੜੇ ਜੁਰਮ ਕੀਤੇ ਨੇ ਜਾਂ ਕਰਨ ਵਾਲੇ ਸਨ। ਜਾਨੇ ਨਾਕਾਬੰਦੀ ਸਾਨੂੰ ਇਤਲਾਹ ਮਿਲੀ ਸੀ ਕਿ ਫਲਜੀਤ ਸਿੰਘ ਜੋ ਉਪਲੀ ਦਾ ਰਹਿਣ ਵਾਲਾ ਹੈ ਅਤੇ ਇਹਦੇ ਨਾਲ ਇੱਕ ਹੋਰ ਸੀ ਗੁਰਕਿਰਪਾਲ ਸਿੰਘ, ਇਹ ਸੰਗਰੂਰ ਪਹਿਲੀ ਧੂਰੀ ਰੋਡ ਦਾ ਰਹਿਣ ਵਾਲਾ ਸੀ। ਇਹ ਸਾਨੂੰ ਇਤਲਾਹ ਮਿਲੀ ਸੀ ਵੀ ਫਲਜੀਤ ਸਿੰਘ ਨੇ ਕਾਂਸਟੇਬਲ ਦਾ ਨਕਲੀ ਇੱਕ ਆਈਡੈਂਟੀ ਕਾਰਡ ਬਣਾਇਆ ਅਤੇ ਇਹਨੂੰ ਮਿਸਯੂਜ ਕਰਨ ਦੀ ਤਾਕ ਦੇ ਵਿੱਚ ਆ ਅਤੇ ਇਹ ਜਰਾਇਮ ਪੇਸ਼ਾ ਨੇ ਅਤੇ ਇਹਨਾਂ ਦਾ ਕ੍ਰਾਈਮ ਦੇ ਨਾਲ ਸੰਬੰਧ ਆ ਅਤੇ ਅਗਰ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਤੋਂ ਆਈਡੈਂਟੀ ਕਾਰਡ ਅਤੇ ਕੁਛ ਬਰਾਮਦਗੀ ਹੋ ਸਕਦੀ ਆ। ਤਾਂ ਜਿਹੜਾ ਸਾਡੇ ASI ਗੁਰਤੇਜ ਸਿੰਘ ਨੇ, ਇਹਨਾਂ ਨੇ ਪੁਲਿਸ ਪਾਰਟੀ ਨਾਲ ਜਾ ਕੇ ਉੱਥੇ ਉਹਨਾਂ ਨੂੰ ਰਾਊਂਡ ਅਪ ਕੀਤਾ ਫਾਰਾ ਚੌਂਕ ਤੋਂ ਅਤੇ ਇਹਦੇ ਤੋਂ ਇੱਕ ਨਕਲੀ ਆਈਡੈਂਟੀ ਕਾਰਡ ਮਿਲਿਆ ਸਾਨੂੰ ਅਤੇ ਉਹਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕੀਤਾ ਅਤੇ ਮੌਕੇ 'ਤੇ ਜਿਹੜਾ ਦੂਜਾ ਸੀ ਗੁਰਕਿਰਪਾਲ ਸਿੰਘ ਉਹ ਤੋਂ ਅਫੀਮ ਮਿਲੀ ਆ। ਸੰਗਰੂਰ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।